ਸਤਿ ਸ਼੍ਰੀ ਅਕਾਲ ਜੀ, ਮੈਂ ਹਮੀਤ ਅਤੇ ਦੈਨਿਕ ਸਵੇਰਾ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ। ਆਪਣੀ ਰੋਮਾਂਟਿਕ ਆਵਾਜ਼ ਦੇ ਕਰਕੇ ਕਾਫੀ ਜ਼ਿਆਦਾ ਫੇਮਸ ਹੈ ਪੰਜਾਬੀ ਗਾਇਕ ਅਖਿਲ, ਔਰ ਹੁਣ ਆਪਣੇ ਫੈਨਸ ਦੇ ਲਈ ਇੱਕ ਨਵਾਂ ਗਾਣਾ ਲੈ ਕੇ ਆ ਰਿਹਾ। ਗਾਣੇ ਦਾ ਟਾਈਟਲ ਰੱਖਿਆ ਗਿਆ ਬਿਊਟੀਫੁਲ, ਔਰ ਇਸ ਦਾ ਇੱਕ ਆਫੀਸ਼ੀਅਲ ਪੋਸਟਰ ਵੀ ਸ਼ੇਅਰ ਕੀਤਾ ਹੈ ਖੁਦ ਅਖਿਲ ਨੇ। ਸੋ ਦੇਖੋ ਦੈਨਿਕ ਸਵੇਰਾ ਟੀਵੀ ਦੀ ਇਹ ਖਾਸ ਰਿਪੋਰਟ। ਪੰਜਾਬੀ ਸਿੰਗਰ ਅਖਿਲ ਦਾ ਨਵਾਂ ਗਾਣਾ ਬਿਊਟੀਫੁਲ 3 ਜੂਨ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਦੀ ਜਾਣਕਾਰੀ ਅਖਿਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਗਾਣੇ ਦੇ ਪੋਸਟਰ ਨੂੰ ਸ਼ੇਅਰ ਕਰਕੇ ਦਿੱਤੀ ਹੈ। ਗਾਣੇ ਨੂੰ ਮਿਊਜ਼ਿਕ ਦਿੱਤਾ ਹੈ ਬੌਬ ਨੇ ਤੇ ਇਸ ਗਾਣੇ 'ਚ ਅਖਿਲ ਦੇ ਨਾਲ ਨਜ਼ਰ ਆਏਗੀ ਸਾਰਾ ਗੁਰਪਾਲ। ਫਿਲਹਾਲ ਬਿਊਟੀਫੁਲ ਸੌਂਗ ਦੇ ਵਿੱਚ ਇਸ ਵਾਰ ਕੀ ਨਵਾਂ ਲੈ ਕੇ ਆਣਗੇ ਅਖਿਲ, ਇਹ ਤਾਂ ਵਕਤ ਆਉਂਦੇ ਖੁਦ ਹੀ ਪਤਾ ਚੱਲੇਗਾ। ਦੱਸ ਦੇ ਤੁਹਾਨੂੰ ਕਿ ਗਾਣਾ 3 ਜੂਨ ਨੂੰ ਰਿਲੀਜ਼ ਹੋ ਜਾਏਗਾ। ਫਿਲਹਾਲ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ। ਮੀਤ ਦੇ ਵੱਲੋਂ ਵਿਦਾ ਚਾਹੁੰਦੇ ਹਾਂ। ਸਤਿ ਸ਼੍ਰੀ ਅਕਾਲ।